ਚੰਨੀ ਸਾਹਿਬ ਇੱਕ ਇਹੋ ਜਿਹੇ ਘਰ 'ਚ ਪੈਦਾ ਆਏ ਹਾਂ ਕਿ ਜਿਹੜੇ ਲਾਈਨ ਦੇ ਅਖੀਰਲੇ ਬੰਦੇ ਦਾ ਸੋਚਣਗੇ ਐਂਡ ਉਹਦੇ 'ਚ ਕੀ ਸੋਚਣਗੇ, ਛੱਤ ਹੈ ਕਿ ਨਹੀਂ, ਉਹਦਾ ਬੱਚਾ ਪੜ੍ਹ ਰਿਹਾ ਕਿ ਨਹੀਂ, ਜਿਹਦੇ ਕੋਲ ਪੈਸੇ ਨਹੀਂ ਤਾਂ ਅੱਗੇ ਫਿਊਚਰ ਪੜ੍ਹਾਈ ਕਰ ਸਕੂਗਾ ਕਿ ਨਹੀਂ, ਬਿਜਲੀ ਦਾ ਬਿੱਲ ਉਹ ਪਹਿਲਾਂ ਹੀ ਕਹਿ ਚੁੱਕੇ, ਵਾਟਰ ਸੀਵਰੇਜ ਦਾ ਵੀ ਕਹਿ ਚੁੱਕੇ, ਅਤੇ ਜ਼ਰੂਰ ਜੇ ਉਹਨਾਂ ਦੇ ਮੂੰਹ 'ਚੋਂ ਨਿਕਲਿਆ ਤਾਂ ਜ਼ਰੂਰ ਪੂਰੇ ਕਰਨਗੇ ਐਂਡ ਪੂਰੇ ਕਰਨੇ ਸੌਖੇ ਵੀ ਬਹੁਤ ਹੈ। ਹਰ ਬੰਦੇ ਨੂੰ ਪਤਾ ਕਿ ਨਵਜੋਤ ਸਿੰਘ ਸਿੱਧੂ ਹੀ ਕ੍ਰਿਕਟਰ ਰਿਹਾ, ਇਮਰਾਨ ਖਾਨ ਜੀ ਨਾਲ ਉਹਨਾਂ ਨੇ ਕ੍ਰਿਕਟ ਖੇਲੀ, ਅੱਗੇ ਪਿੱਛੇ ਪਾਕਿਸਤਾਨ ਦਾ ਨਾਂ ਕੋਈ ਜਾਣਦਾ ਹੈ। ਗਰਾਊਂਡ ਦੇ ਵਿੱਚ ਦੁਸ਼ਮਣ ਹੁੰਦੇ ਸੀ, ਗਰਾਊਂਡ ਤੋਂ ਬਾਹਰ ਦੋਸਤ ਹੁੰਦੇ ਸੀ। ਦੋਸਤ ਨੇ ਬੁਲਾਇਆ, ਪਹਿਲੀ ਵਾਰ ਗਏ, ਦੋਸਤੀ ਨਿਭਾਈ ਵੀ ਬੁਲਾਇਆ ਤਾਂ ਜਾਣਾ ਚਾਹੀਦਾ, ਸਰੋਪਾ ਪਾਇਆ, ਅਗਲੇ ਨੇ ਪੁੱਛਿਆ ਕੀ ਚਾਹੀਦਾ, ਉਹਨੇ ਕਹਿ ਤਾ ਲਾਂਘਾ ਖੋਲ ਦੇ। ਹਰ ਇੱਕ ਨੂੰ ਪਤਾ ਵੀ ਇਸ ਤੋਂ ਸਿਵਾਏ ਕੋਈ ਸੈਕਿੰਡ ਗੱਲ ਨਹੀਂ ਹੋਈ। ਜੋ ਥਰੈਟ ਹੈ ਨੈਸ਼ਨਲ ਸਿਕਿਉਰਿਟੀ ਨੂੰ, ਉਹਨੂੰ ਬਾਹਰ ਕਿਉਂ ਰੱਖਿਆ, ਉਹਨੂੰ ਆਪਣੇ ਨਾਲ ਕਿਉਂ ਬਿਠਾਇਆ, ਉਹਨੂੰ ਮੰਤਰਾਲੇ 'ਚ ਕਿਉਂ ਰੱਖਿਆ, ਉਹਨੂੰ ਆਪਣੀ ਪਾਰਟੀ 'ਚ ਕਿਉਂ ਰੱਖਿਆ, ਉਹਨੂੰ ਜੇਲ੍ਹ 'ਚ ਕਿਉਂ ਬੰਦ ਨਹੀਂ ਕੀਤਾ। ਸੋ ਸਗੋਂ ਮੈਂ ਕਹਿੰਦੀ ਹਾਂ ਕਿ ਇਮੀਡੀਏਟਲੀ ਲੈਟਰ ਲਿਖਦੇ ਅਮਿਤ ਸ਼ਾਹ ਜੀ ਨੂੰ, ਹੁਣ ਵੀ ਲਿਖਣ 'ਚ ਉਹਨਾਂ ਕੋਲ ਕੋਈ ਪਰੂਫ ਹੈ, ਐਂਡ ਅਮਿਤ ਸ਼ਾਹ ਜੀ ਨੂੰ ਰਿਕੁਐਸਟ ਕਰਨ ਵੀ ਭਾਈ ਇਮੀਡੀਏਟਲੀ ਬੰਦੇ ਨੂੰ ਅੰਦਰ ਕਰੋ, ਉਹਨੇ ਐਂਟੀ ਨੈਸ਼ਨਲ ਕੰਮ ਕੀਤਾ। ਬੰਦਾ ਵਿਚਾਰਾ ਮਰਦਾ ਰਹਿ ਗਿਆ, ਨੱਕ ਮਾਰ ਦੁੜਾ ਕੇ ਪਾਕਿਸਤਾਨ ਨਾਲ ਖੇਡਦਾ ਰਹਿ ਗਿਆ ਵੀ ਮੈਂ ਆਪਣੇ ਹਿੰਦੁਸਤਾਨ ਨੂੰ ਜਿਤਾਵਾਂ, ਹੈ ਨਾ। ਇਹ ਨੈਸ਼ਨੈਲਿਟੀ ਹੈ ਕਿ ਐਂਟੀ ਨੈਸ਼ਨਲ ਹੈ। ਉਹਨਾਂ ਨੇ ਸੋਚਿਆ ਸਟਾਫ ਚਿੱਤਰ ਦਾ ਮੈਂ ਕੀ ਕਰਦਾ, ਉਹ ਸੰਭਾਲ ਕੇ ਵਿਚਾਰਾ ਲੈ ਕੇ ਆਇਆ ਵੀ ਹਾਂ ਮੈਂ ਕੈਪਟਨ ਸਾਹਿਬ ਨੂੰ ਦਊਂਗਾ। ਬੜੇ ਖੁਸ਼ ਹੋ ਕੇ ਉਹਨਾਂ ਨੇ ਗਿਫਟ ਕੀਤਾ। ਦੇਖੋ ਮੈਂ ਤੁਹਾਨੂੰ ਇੰਨਾ ਜ਼ਰੂਰ ਦੱਸ ਸਕਦੀ ਹਾਂ ਵੀ ਚੰਨੀ ਸਾਹਿਬ, ਦੇਖੋ ਕਈ ਵਾਰੀ ਨਾ ਜਿਹੜੀ ਪਾਰਟੀ ਲੀਡਰਸ਼ਿਪ ਹੈ ਉਹ ਅਗਲੇ ਜਿਹੜੇ ਉਤਲੇ 5% ਲੋਕਾਂ ਨੇ ਉਹਨਾਂ ਨਾਲ ਹੀ ਸਰਕਾਰ ਚਲਾਈ ਜਾਂਦੀ ਹੈ। ਜਿਵੇਂ ਆਪਾਂ ਮਾਈਨਿੰਗ ਜਿਵੇਂ ਆਪਾਂ ਕਹੀਏ ਵੀ 5% ਹੈ ਉਤਲੇ, ਉਹਨਾਂ ਨੂੰ ਹੀ ਕੜਾ ਕਰਕੇ ਮਾਈਨਿੰਗ ਵੀ ਦੇ ਦਿਓ, ਲਿਕਰ ਵੀ ਦੇ ਦਿਓ, ਇਹ ਵੀ ਦੇ ਦਿਓ। ਚੰਨੀ ਸਾਹਿਬ ਇੱਕ ਇਹੋ ਜਿਹੇ ਘਰ 'ਚ ਪੈਦਾ ਆਏ ਹਾਂ ਕਿ ਜਿਹੜੇ ਲਾਈਨ ਦੇ ਅਖੀਰਲੇ ਬੰਦੇ ਦਾ ਸੋਚਣਗੇ ਐਂਡ ਉਹਦੇ 'ਚ ਕੀ ਸੋਚਣਗੇ, ਛੱਤ ਹੈ ਕਿ ਨਹੀਂ, ਉਹਦਾ ਬੱਚਾ ਪੜ੍ਹ ਰਿਹਾ ਕਿ ਨਹੀਂ, ਜਿਹਦੇ ਕੋਲ ਪੈਸੇ ਨਹੀਂ ਤਾਂ ਅੱਗੇ ਫਿਊਚਰ ਪੜ੍ਹਾਈ ਕਰ ਸਕੂਗਾ ਕਿ ਨਹੀਂ, ਬਿਜਲੀ ਦਾ ਬਿੱਲ ਉਹ ਪਹਿਲਾਂ ਹੀ ਕਹਿ ਚੁੱਕੇ, ਵਾਟਰ ਸੀਵਰੇਜ ਦਾ ਵੀ ਕਹਿ ਚੁੱਕੇ, ਅਤੇ ਜ਼ਰੂਰ ਜੇ ਉਹਨਾਂ ਦੇ ਮੂੰਹ 'ਚੋਂ ਨਿਕਲਿਆ ਤਾਂ ਜ਼ਰੂਰ ਪੂਰੇ ਕਰਨਗੇ ਐਂਡ ਪੂਰੇ ਕਰਨੇ ਸੌਖੇ ਵੀ ਬਹੁਤ ਹੈ। ਸਿੱਧੂ ਸਾਹਿਬ ਨੂੰ ਐਂਟੀ ਨੋਟ ਜਿਹੜਾ ਹੈ ਕਿ ਜਿਹੜੇ ਨਵਜੋਤ ਸਿੰਘ ਸਿੱਧੂ ਨੇ ਉਹਨਾਂ ਦੇ ਪਾਕਿਸਤਾਨ ਦੇ ਨਾਲ ਸੰਬੰਧ ਰਹੇ, ਇਸ ਕਰਕੇ ਪੰਜਾਬ ਲਈ ਖਤਰਾ ਹੋ ਸਕਦਾ। ਦੇਖੋ ਤੁਹਾਨੂੰ ਹਰ ਬੰਦੇ ਨੂੰ ਪਤਾ ਕਿ ਨਵਜੋਤ ਸਿੰਘ ਸਿੱਧੂ ਹੀ ਕ੍ਰਿਕਟਰ ਰਿਹਾ, ਇਮਰਾਨ ਖਾਨ ਜੀ ਨਾਲ ਉਹਨਾਂ ਨੇ ਕ੍ਰਿਕਟ ਖੇਲੀ, ਅੱਗੇ ਪਿੱਛੇ ਪਾਕਿਸਤਾਨ ਦਾ ਨਾਂ ਕੋਈ ਜਾਣਦਾ ਹੈ। ਗਰਾਊਂਡ ਦੇ ਵਿੱਚ ਦੁਸ਼ਮਣ ਹੁੰਦੇ ਸੀ, ਗਰਾਊਂਡ ਤੋਂ ਬਾਹਰ ਦੋਸਤ ਹੁੰਦੇ ਸੀ। ਦੋਸਤ ਨੇ ਬੁਲਾਇਆ, ਪਹਿਲੀ ਵਾਰ ਗਏ, ਦੋਸਤੀ ਨਿਭਾਈ ਵੀ ਬੁਲਾਇਆ ਤਾਂ ਜਾਣਾ ਚਾਹੀਦਾ, ਸਰੋਪਾ ਪਾਇਆ, ਅਗਲੇ ਨੇ ਪੁੱਛਿਆ ਕੀ ਚਾਹੀਦਾ, ਉਹਨੇ ਕਹਿ ਤਾ ਲਾਂਘਾ ਖੋਲ ਦੇ। ਹਰ ਇੱਕ ਨੂੰ ਪਤਾ ਵੀ ਇਸ ਤੋਂ ਸਿਵਾਏ ਕੋਈ ਸੈਕਿੰਡ ਗੱਲ ਨਹੀਂ ਹੋਈ। ਟ੍ਰੇਡ ਖੋਲ ਦੇ, ਮੇਰੇ ਕਿਸਾਨ ਸੌਖੇ ਹੋ ਜਾਣਗੇ। ਜੇ ਤਾਂ ਬੰਦੇ ਨੇ ਕੋਈ ਪੰਜਾਬ ਦੇ ਅਗੇਂਸਟ ਗੱਲ ਕੀਤੀ ਹੋਵੇ, ਤੁਹਾਡਾ ਕੀ ਲੱਗਦਾ ਕਿ ਸਾਰੇ ਸਿੱਖ ਆਲ ਓਵਰ ਦ ਵਰਲਡ ਖੁਸ਼ ਹੋਏ ਕਿ ਨਹੀਂ? ਲਾਂਘਾ ਖੁੱਲ੍ਹਣ ਨਾਲ ਕੋਈ ਐਂਟੀ ਨੈਸ਼ਨਲ ਕੰਮ ਹੋਇਆ ਨਹੀਂ ਹੋਇਆ? ਜੇ ਉਹਨਾਂ ਨੇ ਕਿਹਾ ਟ੍ਰੇਡ ਹੋ ਜੇ, ਸਾਡਾ ਕਿਸਾਨ ਇੱਧਰ ਅਕ੍ਰੋਸ ਦਾ ਬਾਰਡਰ, ਜੋ ਮੋਦੀ ਜੀ ਕਹਿੰਦੇ ਹੈ ਕਿ ਤੁਸੀਂ, ਮੈਂ ਤੁਹਾਨੂੰ ਤਾਕਤ ਦਿੰਦਾ, ਤੁਸੀਂ ਜਿੱਥੇ ਮਰਜ਼ੀ ਸਮਾਨ ਵੇਚੋ, ਵੀ ਸਾਡੇ ਕੋਲ ਤਾਂ ਕੋਈ ਜਗ੍ਹਾ ਹੀ ਨਹੀਂ ਹੈ, ਅਸੀਂ ਤਾਂ ਇੱਧਰ ਹੀ ਵੇਚ ਸਕਦੇ ਹਾਂ ਨਾ, ਜਦੋਂ ਕਹਿੰਦਾ 4 ਗੁਣੇ ਰੇਟ 'ਤੇ ਲਾਉਂਦੇ ਹਾਂ, ਅਤੇ ਇਹ ਕੋਈ ਐਂਟੀ ਨੈਸ਼ਨਲ ਗੱਲ ਹੋਈ? ਜਾਂ ਤਾਂ ਉਹਨੇ ਕੋਈ ਐਂਟੀ ਨੈਸ਼ਨਲ ਗੱਲ ਕੀਤੀ ਹੋਵੇ, ਜਾਂ ਉਸ ਤੋਂ ਬਿਯੋਂਡ ਉਹ ਕਿਸੇ ਦੋਸਤੀ ਲਈ ਵੀ, ਦੋਸਤੀ ਦੇ ਸਿਵਾਏ ਸਹੁੰ ਚੁੱਕਣ ਤੋਂ ਕਿਸੇ ਦੋਸਤੀ ਲਈ ਵੀ ਕਦੇ ਕਿਸੇ ਪਰਸਨਲ ਕੰਮ ਲਈ ਜਾਂ ਹੋਰ ਕੰਮ ਲਈ ਪਾਕਿਸਤਾਨ ਦੇ ਕਿਸੇ ਬੰਦੇ ਨਾਲ ਕੋਈ ਰਿਲੇਸ਼ਨ ਹੋਵੇ, ਤਾਂ ਮੈਂ ਕਹਿੰਦੀ ਹਾਂ। ਐਂਡ ਇਹਦਾ ਮਤਲਬ ਤੁਸੀਂ ਸਵਾਲ ਚੁੱਕ ਰਹੇ ਹੋ ਮੋਦੀ ਅਤੇ ਅਮਿਤ ਸ਼ਾਹ 'ਤੇ, ਨੈਸ਼ਨਲ ਸਿਕਿਉਰਿਟੀ ਨੂੰ ਜਿਹੜਾ ਬੰਦਾ ਉਹ ਕਰਦਾ ਹੈ ਤਾਂ ਅੰਦਰ ਕਰੋ, ਤੁਸੀਂ ਇਮੀਡੀਏਟਲੀ ਅੰਦਰ ਕਰੋ। ਜੋ ਥਰੈਟ ਹੈ ਨੈਸ਼ਨਲ ਸਿਕਿਉਰਿਟੀ ਨੂੰ, ਉਹਨੂੰ ਬਾਹਰ ਕਿਉਂ ਰੱਖਿਆ, ਉਹਨੂੰ ਆਪਣੇ ਨਾਲ ਕਿਉਂ ਬਿਠਾਇਆ, ਉਹਨੂੰ ਮੰਤਰਾਲੇ 'ਚ ਕਿਉਂ ਰੱਖਿਆ, ਉਹਨੂੰ ਆਪਣੀ ਪਾਰਟੀ 'ਚ ਕਿਉਂ ਰੱਖਿਆ, ਉਹਨੂੰ ਜੇਲ੍ਹ 'ਚ ਕਿਉਂ ਬੰਦ ਨਹੀਂ ਕੀਤਾ? ਸੋ ਸਗੋਂ ਮੈਂ ਕਹਿੰਦੀ ਹਾਂ ਕਿ ਇਮੀਡੀਏਟਲੀ ਲੈਟਰ ਲਿਖਦੇ ਅਮਿਤ ਸ਼ਾਹ ਜੀ ਨੂੰ, ਹੁਣ ਵੀ ਲਿਖਣ 'ਚ ਉਹਨਾਂ ਕੋਲ ਕੋਈ ਪਰੂਫ ਹੈ, ਐਂਡ ਅਮਿਤ ਸ਼ਾਹ ਜੀ ਨੂੰ ਰਿਕੁਐਸਟ ਕਰਨ ਵੀ ਭਾਈ ਇਮੀਡੀਏਟਲੀ ਬੰਦੇ ਨੂੰ ਅੰਦਰ ਕਰੋ, ਉਹਨੇ ਐਂਟੀ ਨੈਸ਼ਨਲ ਕੰਮ ਕੀਤਾ। ਬੰਦਾ ਵਿਚਾਰਾ ਮਰਦਾ ਰਹਿ ਗਿਆ, ਨੱਕ ਮਾਰ ਦੁੜਾ ਕੇ ਪਾਕਿਸਤਾਨ ਨਾਲ ਖੇਡਦਾ ਰਹਿ ਗਿਆ ਵੀ ਮੈਂ ਆਪਣੇ ਹਿੰਦੁਸਤਾਨ ਨੂੰ ਜਿਤਾਵਾਂ, ਹੈ ਨਾ। ਇਹ ਨੈਸ਼ਨੈਲਿਟੀ ਹੈ ਕਿ ਐਂਟੀ ਨੈਸ਼ਨਲ ਹੈ, ਹੈ ਨਾ। ਜ਼ਿੰਦਗੀ 'ਚ ਉਹਨੇ ਉੱਧਰੋਂ ਕੁਛ ਲੈ ਕੇ ਆਇਆ ਹੋਵੇ ਸਵਾਏ ਗੁਰੂ ਨਾਨਕ ਦੀ ਧਰਤੀ ਦੀ ਮਿੱਟੀ ਅਤੇ ਗੰਨਿਆਂ ਦੇ ਪੋਰੇ ਤੋਂ, ਇੱਕ ਤਿੱਤਰ ਲੈ ਕੇ ਆਇਆ ਸੀ ਸਟਾਫ ਤੋਂ, ਉਹ ਵੀ ਸੋਚ ਕੇ ਕਿ ਉਹ ਸੀਐਮ ਸਾਹਿਬ ਦੀ, ਕੈਪਟਨ ਸਾਹਿਬ ਦੇ ਜਿਹੜਾ ਫੋਨ ਹੈ ਉਹਦੇ ਵਿੱਚ ਉਹ ਚਿਲੂ 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 ਆਵਾਜ਼ ਦਾ ਰਿੰਗ ਟੋਨ ਸੀ। ਉਹਨਾਂ ਨੇ ਸੋਚਿਆ ਸਟਾਫ ਚਿੱਤਰ ਦਾ ਮੈਂ ਕੀ ਕਰਦਾ, ਉਹ ਸੰਭਾਲ ਕੇ ਵਿਚਾਰਾ ਲੈ ਕੇ ਆਇਆ ਵੀ ਹਾਂ ਮੈਂ ਕੈਪਟਨ ਸਾਹਿਬ ਨੂੰ ਦਊਂਗਾ। ਬੜੇ ਖੁਸ਼ ਹੋ ਕੇ ਉਹਨਾਂ ਨੇ ਗਿਫਟ ਕੀਤਾ, ਅਤੇ ਜੇ ਮਨ 'ਚ ਕੁਛ ਇਹੋ ਜਿਹਾ ਹੁੰਦਾ ਤਾਂ ਹੋਰ ਲੈ ਕੇ ਕੀ ਆਇਆ।